ਅੱਜ ਜੋ ਨੁਮਾਇੰਦਾ ਜਮਾਤ ਹੈ ਸਾਰੇ ਜ਼ਿਲ੍ਹੇ ਦੀ, ਜਿਨ੍ਹਾਂ ਨੇ 20-20, 30-30 ਸਾਲ ਤੋਂ ਅਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ, ਅੱਜ ਵੀ 2-2, 4-4, 5-5 ਪਰਚੇ ਇਹਨਾਂ 'ਤੇ ਚੱਲ ਰਹੇ ਨੇ, ਤਰੀਕਾਂ ਭੁਗਤ ਰਹੇ ਨੇ। ਇਹ ਲੋਕ ਆਰਾਮ ਨਾਲ ਬੈਠੇ ਹੋਏ ਨੇ। ਅੱਜ ਤੱਕ ਅਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਹਾ ਵਾਂ, ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜ਼ੀ ਰਗੜਾ ਲੱਗ ਜੇ, ਮੈਂ ਜੰਮਿਆ ਵੀ ਅਕਾਲੀ ਹਾਂ ਅਤੇ ਮਰਨਾ ਵੀ ਅਕਾਲੀ ਦਲ ਆ। ਭਾਵੇਂ ਜਿੰਨੀਆਂ ਮਰਜ਼ੀ ਪਾਰਟੀਆਂ ਮੇਰੇ 'ਤੇ ਪ੍ਰੈਸ਼ਰ ਪਾ ਰਹੀਆਂ ਨੇ, ਮੇਰਾ ਆਖਰੀ ਸਾਹ ਜਿਹੜਾ ਉਹ ਅਕਾਲੀ ਦਲ ਦੇ ਨਾਲ ਰਹੇਗਾ। ਪਰ ਬਦਕਿਸਮਤੀ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ, ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਅਕਾਲੀ ਦਲ ਦੇ ਵਿੱਚ, ਉਹ ਪਿਉਂਦੀ ਅਕਾਲੀ ਦੀ ਗੇ। ਕਿਸੇ ਦੀ 4 ਸਾਲ ਦੀ ਉਮਰ ਵਿੱਚ ਅਕਾਲੀ ਦਲ ਬਣਿਆ, ਕੋਈ 7 ਸਾਲ ਤੋਂ ਅਕਾਲੀ ਦਲ ਵਿੱਚ ਆਇਆ। ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ 'ਚ ਹੋਇਆ, ਲੇਕਿਨ ਅੱਜ ਇਹ ਅਕਾਲੀ ਦਲ ਦੇ ਵੱਡੇ ਲੀਡਰ ਬਣੇ ਹੋਏ ਨੇ। ਅਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਵੀ ਇਹਨਾਂ ਅਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ। ਮੈਂ ਸਮਝਦਾ ਵਾਂ ਕਿ 9 ਹਲਕਿਆਂ ਦੇ ਵਿੱਚ ਵੱਧ ਤੋਂ ਵੱਧ 500-500 ਦੀ ਮੀਟਿੰਗ ਕਰਵਾਉਣ ਦੇ ਕਾਮਯਾਬ ਹੋਏ ਨੇ। ਕਿਸੇ ਦੀ 300 ਬੰਦਾ ਹੋਇਆ, ਕਿਸੇ ਦੇ 200 ਹੋਇਆ, ਇੱਕ ਅੱਧੀ ਮੀਟਿੰਗ 'ਤੇ 1000 ਤੋਂ ਵੱਧ ਹੋਏ ਨੇ। ਔਰ ਇਹ ਖੌਂਤੀ ਅਕਾਲੀ ਨੇ, ਅਸੀਂ ਸਾਰੇ ਮਾਰ ਖਾਣ ਵਾਲੇ ਅਕਾਲੀ ਦਲ ਦੇ ਵਿੱਚ ਬੈਠੇ ਹੋਏ ਹਾਂ, ਸਾਰੇ ਅਹੁਦੇਦਾਰ ਨੇ। ਆ ਤਰਲੋਕ ਸਿੰਘ ਛੋਟਪੁਰ 3 ਵਾਰ ਚੇਅਰਮੈਨ ਬਣਿਆ। ਔਰ ਮੈਂ ਇਹ ਕਹਿਣਾ ਚਾਹੁੰਦਾ, ਸਾਨੂੰ ਇਹਨਾਂ ਕੋਲ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ। ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ, ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ, ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ। ਅਤੇ ਜੇ ਸਾਡੀ ਕਦਰ ਨਹੀਂ ਕਰਦੇ, ਅਸੀਂ ਘੋੜੇ 'ਤੇ ਚੜ੍ਹ ਕੇ ਪ੍ਰਚਾਰ ਨਹੀਂ ਕਰਾਂਗੇ ਭਾਈ, ਅਸੀਂ ਘੋੜੇ 'ਤੇ ਚੜ੍ਹ ਕੇ ਪ੍ਰਚਾਰ ਕਰਾਂਗੇ। ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾ ਦੌਰ ਦੇ ਵਿੱਚ, ਉਹਦੇ ਵਿੱਚ ਐਲਾਨ ਕਰਾਂਗੇ ਵੀ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ। ਅਸੀਂ ਅਕਾਲੀ ਦਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ, ਅਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਵੀ ਅਸੀਂ ਇਹਨਾਂ ਨਾਲ ਰਹਿਣਾ ਕਿ ਨਹੀਂ ਰਹਿਣਾ। ਅਗਲਾ ਫੈਸਲਾ 22 ਨੂੰ ਲਾਂਗੇ, ਅਗਲਾ ਫੈਸਲਾ 22 ਨੂੰ ਲਾਂਗੇ। 22 ਤੱਕ ਸਰਗਰਮੀ ਵੀ ਹੋ ਜੂਗੀ, ਨਾਲੇ ਅਸੀਂ ਆਪਣੀ ਪਾਵਰ ਦੱਸਾਂਗੇ ਵੀ ਸਾਡੇ ਪੱਲੇ ਕੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਜਿਹੇ ਢਿੱਲੇ ਜਿਹੇ ਮੂੰਹ ਨਾਲ, ਜਿਹੜੇ ਅਕਾਲੀ ਹੈ ਹੀ ਨਹੀਂ, ਕੋਈ 2 ਸਾਲ ਤੋਂ ਅਕਾਲੀ ਬਣਿਆ, ਕੋਈ 3 ਸਾਲ ਤੋਂ ਅਕਾਲੀ ਬਣਿਆ, ਕੋਈ 5 ਸਾਲ ਤੋਂ ਅਕਾਲੀ ਬਣਿਆ, ਜਿਹੜੇ ਅਕਾਲੀ ਦਲ ਦੇ ਮੁੰਦਈ ਬੈਠੇ ਹੋਏ ਨੇ, ਅੱਜ ਉਹ ਧੱਕ ਧੱਕ ਕੇ ਸਾਨੂੰ ਸੁੱਟਦੇ ਨੇ ਬਾਹਰ ਵੀ ਅਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ, ਅਤੇ ਅਸੀਂ ਅਕਾਲੀ ਦਲ ਦੇ ਵੱਡੇ ਮਾਮੇ ਲੱਗਦੇ ਹਾਂ।
ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ? ਕੁਛ ਹੈਗਾ ਉਤਾਰਨ ਦਾ, ਕਿਸ ਤਰ੍ਹਾਂ ਦਾ ਫੈਸਲਾ ਹੋਊ? ਇਹ ਫੈਸਲਾ ਤੇ ਇੱਕ ਇਨਕਲਾਬ ਆਏਗਾ ਜੋ ਬਾਈ ਦੀ ਰੈਲੀ ਵਿੱਚ ਪਤਾ ਲੱਗੇਗਾ ਭਈ ਲੋਕ ਕਿੱਥੇ ਨੇ। ਅੱਜ ਵੀ ਲੋਕ ਅਕਾਲੀ ਦਲ ਦੇ ਨਾਲ ਨੇ ਤੇ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਨੇ। ਔਰ ਮੈਂ ਇਹ ਸਮਝਦਾ ਵਾਂ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ, ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਣ ਦੀ ਤਾਕਤ ਨਹੀਂ ਰੱਖਦਾ ਵੀ ਤੁਸੀਂ ਅਕਾਲੀਆਂ ਦੇ ਖਿਲਾਫ਼ ਕਿਉਂ ਬੋਲਦੇ ਹੋ। ਕੋਈ ਪਾਲਸੀ ਦਾ ਬੋਲਣ, ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ਼ ਬੋਲਿਆ ਹੀ ਨਹੀਂਗਾ। ਜਿੰਨੇ ਪੰਜ ਚਾਰ ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ, ਕੋਈ ਕਾਂਗਰਸ ਦੇ ਖਿਲਾਫ਼ ਬੋਲਣ ਨੂੰ ਤਿਆਰ ਨਹੀਂ ਗਾ, ਸਿਰਫ ਬੋਲਦੇ ਨੇ ਅਕਾਲੀਆਂ ਦੇ ਖਿਲਾਫ਼। ਮੈਂ ਕਹਿੰਦਾ ਵਾਂ, ਮੈਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹਾਂ, ਮੇਰੇ ਹੱਥ ਵੱਡੇ ਜਾਣ ਜੇ ਮੈਂ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਤੇ ਜਿੰਨਾ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦੇਵੇ। ਜਦੋਂ ਹਾਰ ਹੁੰਦੀ ਆ ਉਦੋਂ ਤੁਹਾਡੇ ਨਾਲ ਆ ਦਿੱਤਾ ਜਾਂਦਾ ਵਾ, ਜਦੋਂ ਜਿੱਤ ਹੁੰਦੀ ਉਦੋਂ ਆਪਣੀ, ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪੈਣੀਆਂ ਨੇ ਵੀ ਇਹਨਾਂ ਦੀ ਕਰਤੂਤ ਕੀ ਆ। ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ 'ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ। ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਵਾਂ, ਕੋਰ ਕਮੇਟੀ ਮੈਂਬਰ ਵੀ ਰਿਹਾ, ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਰੇ 'ਤੇ ਕੇਸ ਬਣਾਇਆ ਗਿਆ ਵੀ ਇਹ ਅਕਾਲੀ ਦਲ ਦਾ ਸੱਜਾ ਹੱਥ ਬਣਿਆ, ਜਰਨੈਲ ਬਣਿਆ, ਇਹਦੀਆਂ ਲੱਤਾਂ ਕਿਸ ਢੰਗ ਨਾਲ ਵੱਢ ਕੇ ਅਕਾਲੀ ਦਲ ਬਰਬਾਦ ਕੀਤਾ ਜਾਵੇ। ਮੈਂ ਕਹਿੰਦਾ ਉਹਨੂੰ ਆਲੇ ਦੁਆਲੇ ਵਾਲੇ ਨੇ ਉਹਦੀ ਮੱਤ ਮਾਰ ਦਿੱਤੀ ਹੈ, ਉਹਨੇ ਕਹਿਣਾ ਕਿ ਉਹਦੀ ਮੱਤ ਮਾਰ ਦਿੱਤੀ ਹੈ, ਹਲਕਾ ਇੰਚਾਰਜਾਂ ਨੇ ਉਹਦੀ ਮੱਤ ਹੀ ਮਾਰ ਦਿੱਤੀ ਹੈ। ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ। ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਵਾਂ, ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ। ਲੱਗਦਾ ਨਹੀਂ ਹਾਈਕਮਾਂਡ ਵੀ ਦਖਲ ਦੇਣਾ ਚਾਹੀਦਾ ਇਸ ਵਿੱਚ ਵੀ ਤੁਹਾਡੇ ਨਾਲ ਗੱਲਬਾਤ? ਹਾਈਕਮਾਂਡ ਦੀ ਮਰਜ਼ੀ ਹੈ, ਲੋਕ ਸ਼ਕਤੀ ਵੇਖ ਕੇ ਆਪੇ ਹਾਈਕਮਾਂਡ ਵੀ ਪਤਾ ਲੱਗੂਗਾ। ਮੈਂ 50 ਬੰਦੇ ਸਿਰਫ ਸੱਦੇ ਸੀਗੇ, ਅੱਜ ਆ ਵੇਖ ਲਓ ਵੀ ਕਿੰਨਾ ਸਾਰੀ ਕਰੀਮ ਬੈਠੀ ਹੋਈ ਹੈ। ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ, ਲੇਕਿਨ ਅਸੀਂ ਦਰ ਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ। ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਢੰਗ ਨਾਲ ਸਾਡੇ ਨਾਲ ਗੱਲ ਨਾ ਕੀਤੀ, ਅਸੀਂ ਦਰ ਦਰ ਤੇ ਨਹੀਂ ਜਾਵਾਂਗੇ। ਆਪਣੀ ਵੋਟ ਜਿਹੜੀ ਅਕਾਲੀ ਦਲ ਨੂੰ ਪਾਵਾਂਗੇ। ਅਕਾਲੀ ਦਲ ਇਹਨਾਂ ਦੇ ਪਿਓ ਦਾ ਨਹੀਂ, ਅਕਾਲੀ ਦਲ ਸਾਡਾ। ਅਸੀਂ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਅਸੀਂ ਅਕਾਲੀ ਦਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਨਾ ਵਾ।